다녀오디. 반칙이야. ਜਿਹੜਾ ਸਾਡੇ ਕੋਲ 5-7 ਹਜ਼ਾਰ ਹੈਗਾ ਤੂੰ ਵੀ ਇਦਾਂ ਹੀ ਬਰਬਾਦ ਕਰ ਦੇਣਾ ਓਏ ਮੈਂ ਤੇ ਇਸ ਤੋਂ ਲੈ ਕੇ ਆਇਆ ਕਿ ਮੇਰਾ ਭਰਾ ਪਿਛਲੀਆਂ ਗਰਮੀਆਂ ਦਾ ਨਾਤਾ ਵਾ ਸ਼ਾਇਦ ਟਾਪਾ ਲਵੇ ਕਿ ਉਹਦਾ ਦਿਲ ਕਰ ਪਵੇ ਨਾਉਣ ਨੂੰ ਮੈਨੂੰ ਪਤਾ ਜਿਹੜਾ ਤੂੰ ਦਿਹਾੜੀ 'ਚ 4-4 ਵਾਰੀ ਨਾਉਣਾ ਬਕਵਾਸ ਨਾ ਕਰ ਬਕਵਾਸ ਨਾ ਕਰ 13 ਸਾਲ ਹੋ ਗਏ ਤੈਨੂੰ ਇੱਕੋ ਟੋਪੀ ਪਾਈ ਤੂੰ ਪਤਾ ਨਹੀਂ ਸਿਰ ਤੇ ਗਿਲੂ ਦੀ ਬੋਤਲ ਰੋੜ ਕੇ ਉਹ ਤਾਂ ਟੋਪੀ ਰੱਖ ਲਈ ਤੂੰ ਆਹੋ ਰੱਖੀ ਆ ਕੋਟ ਵੀ ਵੇਖ ਲਾ ਆਪਣਾ ਅਜਾਇਬ ਘਰ 'ਚ ਪਈਆਂ ਹੁੰਦੀਆਂ ਇੱਦਾਂ ਦੀਆਂ ਚੀਜ਼ਾਂ ਲੈ ਵੀ ਬੂਟਿਆ ਹੁਣ ਨੀ ਬਚਦਾ ਉਹ ਚੱਲ ਹੁਣ ਤੂੰ ਮੈਨੂੰ ਇੱਕ ਗੱਲ ਦੱਸ ਇੱਕ ਮਿੰਟ ਸੋਚ ਜ਼ਰਾ ਕਿ ਇੰਨੀਆਂ ਬੜੀਆਂ ਖਿੜਕੀਆਂ ਦੇ ਵਿੱਚੋਂ ਚੂਹਾ ਨਿਕਲੂਗਾ ਕਿੱਦਾਂ ਉੱਧਰ ਵੇਖ ਤੇਰੇ ਭਰਾ ਨੇ ਕੈਸਾ ਇੰਤਜ਼ਾਮ ਕੀਤਾ ਉਹਨੂੰ ਮਾਰਨ ਵਾਸਤੇ ਤੇ ਜੇ ਉਹ ਫੇਰ ਵੀ ਨਾ ਮਰਿਆ ਤੇ ਫੇਰ ਤੇਰੀ ਗੱਲ ਬਿਲਕੁਲ ਸਹੀ ਹੈ ਵੀ ਉਹ ਚੂਹਾ ਕੋਈ ਆਮ ਨਿਗਾ ਮੰਨ ਗਿਆ ਤੈਨੂੰ ਪਤਾ ਫਿਰ ਮੇਰੇ ਤਰੀਕੇ ਸਭ ਤੋਂ ਡੌਰੀ ਹੁੰਦੇ ਆ ਜਾਂ ਉੱਠ ਪਏ ਹੁਣ ਚੱਲੀਏ ਆਜਾ ਧਿਆਨ ਨਾ ਮੇਰੇ ਪੈਰ ਨਾ ਰੱਖ ਕਿਸੇ ਖਿੜਕੀ ਤੇ ਬਾਜੀ ਬੂਆ ਬਾਹਰੋਂ ਲੱਗ ਗਿਆ ਜੇ ਨਵੇਂ ਕੋ ਤਰੀਕਾ ਸੋਚ ਯਾਰ ਉਹ ਮੈਂ ਬਿੱਲ ਜਮ੍ਹਾਂ ਕਰਾਉਂਦੇ ਆ ਇੱਥੇ
ਤਰੀਕਾ ਸੋਚ। ਚੁੱਪ, ਠੀਕ ਹੈ। बहुत अच्छे, ਨਵੇਂ ਹੁਣੇ ਫਲ ਸਾਡੇ ਖਾਊਗਾ? ਨਹੀਂ, ਫਲ ਨਹੀਂ ਖਾਂਦੇ, ਫਲ ਇਹਨਾਂ ਦੇ ਢਿੱਡ ਦੇ ਵਿੱਚ ਹਵਾ ਪੈਦਾ ਕਰਦੇ ਆ। ਕੌਣ ਹੈ ਭਾਈ ਤੂੰ? ਤੁਹਾਨੂੰ ਪਤਾ ਕਿ ਤੁਹਾਡੇ ਪਿਓ ਨੇ ਬੈਂਕ ਕੋਲੋਂ ਕੋਈ ਕਰਜ਼ਾ ਲਿਆ ਸੀ? ਆਹੋ ਪਤਾ, ਮੈਨੂੰ ਪਤਾ, ਪਰ ਇਹਦਾ ਮਕਸਦ ਇਹ ਨਹੀਂ ਕਿ ਹੁਣ ਤੁਸੀਂ ਇੱਕ ਗੱਲ ਮੇਰੀ ਸੋਹਣੇ ਬਹੁ ਕੰਨ ਖੋਲ ਕੇ ਸੁਣ ਲੈ, ਤੁਹਾਡੇ ਕੋਲ ਪੈਸੇ ਲੈ ਕੇ ਗੌਰਮੈਂਟ ਨੂੰ ਪਹੁੰਚਾਉਣਾ ਮੇਰਾ ਕੰਮ ਹੈ। ਉਹ ਨੰਮੇ ਹੁਣ ਕੀ ਕਰਨਾ ਦੱਸ? ਓਏ ਦੱਸੋ ਗੰਜੇ, ਇੱਕ ਹਫ਼ਤੇ ਤੋਂ ਬਾਅਦ ਇੱਕ ਕੋਠੀ ਤੁਸੀਂ ਵਿਲ ਨਹੀਂ ਕਰਦੇ ਹੋ? ਵਿਲੀ ਸਿਰਫ ਇੱਕ ਹਫ਼ਤੇ ਤੋਂ ਬਾਅਦ? ਉਹ ਜਾ ਚਾਚਾ, ਝੂਠੇ ਬਿਆਨ ਦਵਾ, ਝੂਠੀਆਂ ਗਵਾਹੀਆਂ ਤੇ ਲੋਕਾਂ ਨੂੰ ਫਾਂਸੀ ਦਵਾ, ਤੂੰ ਸਾਡੀ ਕੋਠੀ ਵਿਲੀ ਕਰਾਉਣ ਆ ਗਿਆ। ਲੱਗਦਾ ਫਿਰ ਝੂਠੀ ਗਵਾਹੀ ਤੇ ਹੀ ਹੈ, ਕੋਠੀ ਖਾਲੀ ਕਰਾਉਣੀ ਪੈਣੀ। ਨੰਮੇ ਜੇ ਆਰਕੀ ਵਿੱਚ ਚੂਹਾ ਨਾ ਮਰਿਆ ਤੇ ਤੇਰਾ ਕਤਲ ਮੇਰੇ ਤੇ ਵਾਜਬ ਹੋ ਜਾਣਾ। ਮੇਰਾ ਦਿਮਾਗ ਨਾ ਖਰਾਬ ਕਰ, ਚੁੱਪ ਕਰਕੇ ਤੁਰੀ ਜਾ। ਕੀ ਚੁੱਪ ਕਰਕੇ ਤੁਰੀ ਜਾ?